ਮੋਟਰਸਾਈਕਲ ਦੇ ਚੱਲ ਗਏ ਲੈ ਹੁਣ ਰਸਤੇ ਚ ਤੇਲ ਮੁੱਕ ਗਿਆ ਹੁਣ ਰੋਡ ਕੇ ਲੈ ਜਾਣਾ ਪੈ ਰਿਹਾ ਹੋਰ ਕੀ ਕਰਾਂ ਭਾਈ ਰੋੜਨਾ ਹੀ ਪਵੇਗਾ ਹੋਰ ਲੈ ਹੁਣ ਘਰ ਤੱਕ ਇਹਨੂੰ ਮੈਨੂੰ ਲੱਗਦਾ ਰੋਡ ਕੇ ਲੈ ਜਾਣਾ ਪੈਣਾ ਹੋਰ ਇੱਥੇ ਤਾਂ ਮੈਂ ਸਾਈਕਲ ਲਿਆਂਦਾ ਹੋਰ ਇੱਥੇ ਤਾਂ ਸਾਈਕਲ ਲਿਆਂਦਾ ਨਾਲੇ ਗੋਡੇ ਚੱਲਦੇ ਰਹਿੰਦੇ ਮੈਨੂੰ ਤਾਂ ਤੇਰੇ ਗੋਡੇ ਵੀ ਜਵਾਬ ਦੇ ਕੇ ਲੱਗਦੇ ਆ ਉਹ ਗੋਡੇ ਤਾਂ ਹਲੇ ਤਾਂ ਠੀਕ ਆ ਹਲੇ ਚੱਲਦੇ ਆ ਹਾਂ ਬਿੰਗਾ ਟੇਡਾ ਜੋ ਤਾਂ ਤੁਰਦਾ ਉਹ ਫਿਰ ਇਹਦਾ ਵੀ ਵਜਨ ਪੈ ਰਹਿਣਾ ਮੇਰੇ ਪਾ ਹੁਣ ਓਹੋ ਮੜ ਜਾ ਹੌਲੇ ਤੁਰਲੇ ਫਿਰ ਚੱਲ ਇੱਕ ਤੂੰ ਹੈ ਬਾਲਾ ਕਮਜ਼ੋਰ ਜਾ ਉਹ ਬਸ ਭਾਈ ਕੀ ਅੱਜ ਕੱਲ ਦੀਆਂ ਖਰਾਕਾਂ ਵੀ ਇਹ ਜੀਆਂ ਹੀ ਆ ਹਨਾ ਲੱਗਦੀਆਂ ਹੀ ਨਹੀਂ ਜਿੰਨੀ ਮਰਜ਼ੀ ਖਾ ਲਓ ਆ ਮੈਨੂੰ ਦੇਖ ਲੈ ਲੈ ਹੁਣ ਹੈ ਹਾਂ 5 ਕਿਲੋ ਕੀ ਮੈਂ ਇੱਕ ਮਹੀਨੇ ਚ ਖਾ ਜਾਨੀ ਆ ਲੈ 5 ਕਿਲੋ ਕੀ ਖਾ ਲੇਂਗੀ ਤੂੰ ਮੇਰੀ ਸਿਹਤ ਦੇਖ ਲੈ ਕੋਈ ਕਹਿ ਦੂਗਾ 5 ਕਿਲੋ ਕੀ ਖਾਇਆ 5 ਕਿਲੋ ਨਾ ਦੇਖੀ ਕਿ ਤੂੰ ਲੈ ਕਮਾਲ ਆ ਮੈਂ ਕੋਈ ਝੂਠ ਬੋਲਦੀ ਆ ਤੇਰੇ ਪਾਈਆ ਕੀ ਖਾਪ ਜੇ ਤੂੰ ਤਾਂ ਕਹਦੀ ਬੇ ਇਹ ਜੀ ਕੋਈ ਗੱਲ ਨਹੀਂ ਖਾਪ ਖੂਪ ਤਾਂ ਸਾਰਾ ਜਾਂਦਾ ਚੰਦਰਾ ਲੱਗਦਾ ਹੀ ਨਹੀਂ ਉਹ ਫਿਰ ਉਹ ਖਾਇਆ ਮੈਂ ਕਿਹਾ ਖਾਇਆ ਜੇ ਲਗੇ ਹੀ ਨਾ ਹਾਂ ਬੇ ਆ ਇੱਕ ਤਾਂ ਅੱਜ ਕੱਲ ਖਰਾਕਾਂ ਇਹ ਜੀਆਂ ਹੋ ਗਈਆਂ ਕੋਈ ਚੰਗੀ ਚੀਜ਼ ਤਾਂ ਮਿਲਦੀ ਨਹੀਂ ਨਕਲੀ ਚੀਜ਼ਾਂ ਮਿਲਦੀਆਂ ਅੱਧੀਆਂ ਤੋਂ ਜ਼ਿਆਦਾ ਪੈਸੇ ਇੰਨੇ ਲੈ ਲੈਂਦੇ ਆ ਆ ਗੋਂਗਲੂ ਖਾਲੇ ਅਸਲੀ ਫਿਰ ਗੋਂਗਲੂ ਵੀ ਖਾ ਲਾਂਗੀ ਹਾਂ ਹੋਰ ਗੋਂਗਲੂ ਵੀ ਆਹੀ ਬਸ ਜਿਹੜੀਆਂ ਖੇਤਾਂ 'ਚ ਚੀਜ਼ਾਂ ਰਹਿ ਗਈਆਂ ਆਹੀ ਬਸ ਅਸਲੀਆਂ ਆਹੋ ਇਹਨਾਂ 'ਚ ਵੀ ਬਥੇਰੀਆਂ ਸਪਰੇਹਾਂ ਪੈਂਦੀਆਂ ਉਹ ਬਾਈ ਸਪਰੇ ਦੇ ਬਿਨਾਂ ਤਾਂ ਇਹਨੂੰ ਸੁੰਡੀ ਖਾ ਜਾ ਕੁਝ ਨਹੀਂ ਹੁੰਦਾ ਸਪਰੇ ਦੇ ਬਿਨਾਂ ਆ ਸਪਰੇਹਾਂ ਵੀ ਜ਼ਹਿਰੀਲੀਆਂ ਹੀ ਹੁੰਦੀਆਂ ਬਸ ਸਪਰੇਹਾਂ ਕਿਹੜੀਆਂ ਜ਼ਹਿਰੀਲੀਆਂ ਵੀ ਕੀੜੇ ਮਾਰਦੀਆਂ ਨਹੀਂ ਹੈਗੀਆਂ पुराने हड्डा भाई पुराने हड्डा के खाप जा और बचलो बस फुफड़ कोई ना होले होले आ रहे हैं तुरके हां बंदे तो है नहीं कुछ ये पैसे जोड़ी जा पैसे जोड़ी जा मरे आप या पैसे अन का लालची वाला ओ कानू लालचियां भाई जे सारा पैसा खना दिया फिर खावेंगे क्या ला मैं देखा तेनू चवानी चवानी दी चीज लंदा ओ कानू भाई काम की चीज ता खरीदनी पैंदी आ हुन ਕੰਮ ਦੀ ਚੀਜ਼ ਖਰੀਦਣੀ ਪੈਂਦੀ ਆ ਲੈ ਆ ਜਾ ਰੋਏ ਚ ਤੇਲ ਵੀ ਨਹੀਂ ਪੁਆਇਆ ਗਿਆ ਤੇਲ ਵੀ ਮੁੱਕ ਗਿਆ ਰੋਡ ਕੇ ਲਜਾਣਾ ਪੈ ਗਿਆ ਓ ਬਾਈ ਲੈ ਸੱਤੇ ਤੂੰ ਤਾਂ ਜਮਾ ਹੀ ਰਹਿ ਗਿਆ ਸੀ ਉਮਰ ਚ ਵੇ ਤੇਰੇ ਨਾਲੋਂ ਤਕੜਾ ਤਾਂ ਫੁੱਫੜ ਪਿਆ 15 ਕਿਲੋ ਕੀ ਖਾਂਦਾ ਦੇਖ ਲਾ ਓ ਫਿਰ ਮੈਂ ਕਿਆ ਕਰਾਂ ਉਸ ਨੂੰ ਫੁੱਫੜ ਨੂੰ ਹੋ ਗਿਆ ਪੁਰਾਣੇ ਹੱਡਾ ਹੋ ਗਿਆ ਖਾਪ ਜਾ ਕੀ ਲੈ ਫੁੱਫੜ ਨੂੰ ਤਾਂ ਛੱਡ ਤੇਰੀ ਵੀ ਗੱਲ ਛੱਡ ਅੱਜ ਕੱਲ ਦੇ ਜਵਾਕ ਦੇਖ ਲੈ ਔਰ ਜਿਹੜਾ ਪਿੱਛੇ ਵੀ ਲਿਆ ਸੀਗਾ ਜਰਨੈਲ ਦਾ ਮੁੰਡਾ ਲੈ ਚਾਰ ਹੱਡੀਆਂ ਚ ਨਹੀਂ ਵਾ ਨਿੱਕਾ ਜਿਹਾ ਜਿਹੜਾ ਇੱਡਾ ਕ ਅੱਛਾ ਲੈ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਈ ਉਹ ਤਾਂ ਪਿੰਜਰਾ ਹੀ ਬਣਿਆ ਪਿਆ ਜਮਾਈ ਨਾ ਦਾ ਅੱਜ ਕੱਲ ਕੀ ਚੱਜਗਾ ਹੋਰ ਨਾ ਕਣਕ ਦੇ ਦਾਣੇ ਚੱਜਗੇ ਅੰਨੀ ਅੰਨੀ ਦਵਾਈ ਹੋਗਾ ਕਣਕ ਦੇ ਉੱਪਰ ਆ ਦੁੱਧ ਵੀ ਕਿਹੜਾ ਚੱਜਦੇ ਆ ਅੱਜ ਕੱਲ ਆ ਦੁੱਧ ਵਾਲੇ ਵੀ ਪਾਣੀ ਠੋਕ ਦਿੰਦੇ ਆ ਓ ਚ ਅੱਜ ਕੱਲ ਤਾਂ ਡੰਗਰਾਂ ਨੂੰ ਹੀ ਬਿਮਾਰੀ ਬਹੁਤ ਆ ਲੈ ਅੱਜ ਕੱਲ ਦੇ ਜਵਾਕ ਨਹੀਂ ਕਰਦੇ ਆ ਜਮਾਈ ਚਾਰ ਚਾਰ ਹੱਡੀਆਂ ਰਹਿ ਗਈਆਂ ਹੋਰ ਤੁਰਿਆ ਵੀ ਨਹੀਂ ਜਾਂਦਾ ਚਾਰ ਹੋਇਆ ਤੋਂ ਕੋਈ ਮਿੰਟ ਰੁਕ ਜਾ ਭਾਈ ਆਰਾਮ ਲੈ ਲੈ ਥੱਕ ਗਿਆ ਹੁਣ ਮੈਂ ਕਰਦਾ ਤੂੰ ਲੈ ਦੇਖ ਲੈ ਮੈਂ ਤਾਂ ਪਹਿਲਾਂ ਹੀ ਕਹਿ ਰਹੀ ਸੀ ਤੇਰਾ ਤਾਂ ਸਰੀਰ ਨਹੀਂ ਕੰਮ ਕਰਦਾ ਬਾਈ ਤਾਂ ਤੱਕ ਤੇਰੇ ਤਾਂ ਹਿੱਲਿਆ ਨਹੀਂ ਜਾਣਾ ਆ ਜਿਹੜੀ ਆਹ ਨਾ ਆਹਾ ਆ ਸਕੂਟਰ ਜਿਹੜੇ ਹੌਲੀ ਕੀ ਕਹਾਂ ਇਸ ਨੂੰ ਮੋਟਰਸਾਈਕਲ ਇਹਨਾਂ ਨੇ ਪੱਠਾ ਬਿਠਾ ਕੇ ਰੱਖਤਾ ਉਹ ਕਾਨੂੰ ਭਾਈ ਹੁਣ ਤੁਸੀਂ ਬੰਦੇ ਜੇ ਤੁਰਨ ਲੱਗ ਕੇ ਖੇਤ ਮਾ ਕੰਮ ਕਰਨਾ ਹੋਵੇ ਤਾਂ ਮੈਂ ਜਮੀ ਰਹਿ ਜਾਵਾਂਗੇ ਹੋ ਭਾਈ ਤੁਸੀਂ ਤਾਂ ਹੌਲੀ ਹੌਲੀ ਜਮਾਈ ਉਹ ਤੁਰਦੇ ਆ ਭਾਈ ਤੈਨੂੰ ਕਿਹਾ ਪਤਾ ਬਥੇਰਾ ਤੁਰਦੇ ਆ ਤੂੰ ਤਾਂ ਉਂਗੀਆਂ ਕਹੀ ਮੈਂ ਕਦੇ ਕਦੇ ਮਾੜਾ ਮੋਟਰਸਾਈਕਲ ਤੇ ਕਿਹੜਾ ਮਾਰ ਲਿਆ ਫਿਰ ਉਹ ਪਹਿਲਾਂ ਭਾਈ ਇੱਕ ਸਾਈਕਲ ਭਾਈ ਅੰਦਰ ਰਹਾ ਮੈਂ ਇਹਦਾ ਹੁਣ ਲਿਆ ਸਾਲ ਵੀ ਨਹੀਂ ਹੋਇਆ ਆਹੋ ਤਾਂ ਹੀ ਹੁਣ ਤੱਕ ਕੱਟ ਗਿਆ ਨਹੀਂ ਤਾਂ ਹੁਣ ਬੈਠਾ ਹੁੰਦਾ ਮੰਜੇ ਤੇ ਤਾਂ ਹੀ 4 ਸਾਲ ਲੰਘੇ ਤੇਰੇ ਚੱਲ ਤੁਰ ਲੈ ਹੁਣ ਘਰ ਜਵਾਕ ਡਿੱਕਦੇ ਹੋਣੇ ਮੈਨੂੰ ਉਹ ਚੱਲ ਫਿਰ ਚੱਲ ਰੋਡ ਲੈ ਤੁਰ ਲੈ ਹੁਣ ਸੱਤੇ
ਉਹ ਚੱਲ ਤੁਰਨਾ ਹੀ ਪਵੇਗਾ ਹੁਣ ਕਿਆ ਕਰਾਂ ਹਨੇਰਾ ਪੈ ਗਿਆ 6 ਵੱਜ ਗਏ ਹੋਰ ਰੋਟੀ ਵੀ ਖਾਣੀ ਆ ਘਰ ਜਾ ਕੇ ਹਲੇ ਫਿਰ ਕੱਲ ਨੂੰ ਫੇਰ ਆਣਾ ਦੁਬਾਰੇ ਆਹੋ ਤੈਨੇ ਤਾਂ ਖਾਣੀ ਆ ਭਾਈ ਮੈਂ ਤਾਂ ਬਣਾਣੀ ਵੀ ਆ ਜਾ ਕੇ ਉਹ ਖੇਤ ਮੈਂ ਭਈਏ ਲਾਏ ਪਿਆ ਕੰਮ ਨਹੀਂ ਕਰਦੇ ਜੇ ਨਾ ਪਹੁੰਚੇਗਾ ਵਾ ਆਹੋ ਲੇਬਰ ਦਾ ਵੀ ਬਸ ਇਹੋ ਜਿਹਾ ਹੀ ਕੰਮ ਹੈ ਮਾਲਕ ਬੈਠ ਜੇ ਤਾਂ ਕੰਮ ਕਰ ਦਿੰਦੇ ਨਹੀਂ ਤਾਂ ਖੁਰਪਾ ਹੀ ਨਹੀਂ ਚਲਾਉਂਦੇ ਹੋਰ 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 ਆਈ ਬੈਠ ਬੁੱਟ ਕੇ ਆ ਜਾਂਦੇ ਆ ਹੋਰ ਸੁਣਾ ਘਰ ਪਰਿਵਾਰ ਸਤਿਗੁਰਿਆ ਲੰਘਿਆ ਉਹ ਆ ਰਿਹਾ ਬਾਈ ਹੁਣ ਮੈਂ ਆਪਣੀਆਂ ਲੱਤਾਂ ਥੋੜੀ ਤੜਾਣੀਆਂ ਤੁਰ ਤੁਰ ਕੇ ਤੇ ਰਹਿ ਗਿਆ ਤੂੰ ਦੇਖ ਤੇਰੇ ਗੋਡੇ ਤਾਂ ਜਵਾਬ ਓਏ ਨਾ ਸਿਆਲ ਆਣ ਦੇ ਤੂੰ ਮੜ ਜਾ ਹੁਣ ਤਾਂ ਮੌਸਮ ਜਾ ਖਰਾਬ ਹੈ ਕਰਾ ਲੈ ਨਾ ਤਾਂ ਹੁਣੀ ਮੜਾ ਮੋਟਾ ਉਹ ਮੜ ਜਾ ਸਿਆਲ ਦਾ ਆਣ ਦੇ 10 ਕਿਲੋ ਪਾ ਦੇਣੀਆਂ ਪੰਜੀਰੀ ਤੂੰ ਦੇਖੀ ਫਿਰ ਆਹੋ 10 ਕਿਲੋ ਖਾ ਪਾ ਦੇਣੀਆਂ ਪੰਜੀਰੀ ਹੋਰ ਸੁਣਾ ਘਰ ਪਰਿਵਾਰ ਕਿਵੇਂ ਆਣ ਸਾਰਾ ਕੁਝ ਵਧੀਆ ਰੰਗ ਭਾਗ ਲਗੇ ਹੋਏ ਆ ਟੱਬਰ ਕਿਵੇਂ ਆ ਟੱਬਰ ਵੀ ਸੁੱਖ ਸਲਾਮਤ ਆਣ ਵਧੀਆ ਉਹ ਜਿਹੜੇ ਤੇਰੇ ਗਵਾਂਢ ਚੋਂ ਰਹਿੰਦਾ ਤਾਂ ਉਹ ਇੱਕ ਬੰਦਾ ਜਾ ਉਹ ਜਿਹਦੀ ਲੱਤ ਜੀ ਖਰਾਬ ਆ ਹਾਂ ਉਹ ਕੀ ਨਾਮ ਆ ਉਹਦਾ ਕੀ ਪੂਰਾ ਪੂਰਾ ਨਹੀਂ ਕਹਿੰਦੇ ਭਲਾ ਨੂੰ ਅੱਛਾ ਪੂਰਾ ਉਹ ਹੈਗਾ ਹਲੇ ਕਿ ਮਰ ਗਿਆ ਉਹ ਲਾਂਗੜੀਆਂ ਦਾ ਠੀਕ ਆ ਉਹ ਹੈਗਾ ਕਿ ਮਰ ਗਿਆ ਉਹ ਬਸ ਅੰਦਰੇ ਰਹਾ ਹੁਣ ਨਾ ਹੋਇਆ ਵਰਗਾ ਹੀ ਆ ਵਾ ਤਾਂ ਨਾ ਹੋਇਆ ਵਰਗਾ ਰਹਿ ਗਿਆ ਉਹ ਕਹਿੰਦਾ ਜਿਸ ਦਿਨ ਦਾ ਐਕਸੀਡੈਂਟ ਹੋਇਆ ਹਾਂ ਬਾਊਗਾ ਤੋ ਆ ਹੱਲ ਗਿਆ ਆ ਚੂੜਾ ਹਾਂ ਯਾ ਹੱਲ ਗਿਆ ਓਹ ਹੋ ਹੋ ਬਾਊ ਉਦਨ ਕਾ ਨਿੱਠਾ ਹੈ ਮੈਂ ਮੈਨੂੰ ਤਾਂ ਲੱਗਦੀ ਉਹਦੇ ਲੂਹਾ ਨਾ ਹਸੇ ਵਾ ਸੁਬਾ ਵੀ ਨਹੀਂ ਕਰਦੀਆਂ ਉਹਦੇ ਬਾ ਠੀਕ ਹੈ ਹੱਸ ਹਾਂ ਇਹ ਛੋਟੀ ਆਵਾ ਤਾਂ ਕਰ ਦੇ ਹਾਂ ਅੱਛਾ ਮਾੜਾ ਹੀ ਹਾਲ ਹੈ ਭਾਈ ਬੜੀ ਨਹੀਂ ਠੀਕ ਹਾਂ ਲੈ ਭਾਈ ਇਹੋ ਜਿਹਾ ਨੂੰ ਆਦੇ ਤਾਂ ਬੰਦਾ ਐ ਚੰਗਾ ਹਾਂ ਜੀ ਹਾਂ ਹੈਨਾ ਹਾਂ ਹਾਂ ਸਹੀ ਗੱਲ ਆ ਭਾਈ ਮਾੜਾ ਮਾੜਾ ਹਾਲ ਆ ਜੇ ਘਰ ਚ ਕੋਈ ਪੁੱਛੇ ਨਾ ਫੇਰ ਵੀ ਬੰਦੇ ਦੀ ਕੋਈ ਜੀ ਬਦਲੀ ਹੈਨਾ ਇਹ ਤੋਂ ਤਾਂ ਰੱਬ ਚੱਕ ਹੀ ਲਵੇ ਹੋਰ ਕੀ ਹੋਰ ਉਹ ਪਰ ਉਹਗੇ ਲੈ ਕਲਮ ਦੇ ਬਿਨਾ ਕੌਣ ਚੱਕ ਲੇਗਾ ਜਦ ਤੱਕ ਵਾ ਲਿਖਦਾ ਨਹੀਂ ਪਹਿਲਾਂ ਸਾਈਨ ਕਰਾ ਰੱਬ ਵੀ ਹਾਂ ਨਾ ਗੱਲ ਤਾਂ ਤੇਰੀ ਸਹੀ ਆ ਭਾਈ ਹਾਂ ਫੇਰ ਜਮਦੂਦ ਚੱਕਾ ਪਹਿਲਾਂ ਰੱਬ ਸਾਈਨ ਕਰਕੇ ਦੇ ਹਾਂ ਲੈ ਹੋਰ ਹੋਰ ਸਹੀ ਬਾਤ ਆ ਬਾਈ ਤੇਰੀ ਸਹੀ ਬਾਤ ਆ ਇਸ ਤਰ੍ਹਾਂ ਦਾ ਬਥੇਰੇ ਤੜਫ ਰਿਆ ਨਹੀਂ ਹਸਪਤਾਲਾਂ ਵਾ ਚੀਜ਼ ਕੀ ਆ ਵਾ ਨਾ ਨਾ ਉਹ ਤੇ ਹੁਕਮ ਬਿਨਾ ਤਾਂ ਬਾਈ ਪੱਤਾ ਨਹੀਂ ਹਿੱਲਦਾ ਨਾ ਜੇ ਬਦੀ ਹੋਵੇ ਹਾਂ 100 ਲਾਜ ਨਹੀਂ ਤਾਂ ਕੋਈ ਚੱਕ ਨਹੀਂ ਸਕਦਾ 100 ਲਾਜ ਨੇ ਬਾਈ ਬਦੀ ਦੇ ਤਾਂ ਜੇ ਹੋਵੇ ਫੇਰ ਕੋਈ ਰੋਕ ਨਹੀਂ ਸਕਦਾ ਆਹੋ ਲੈ ਉਹ ਲੰਬੜਾਂ ਦੀ ਬੁੜੀ ਆ 4 ਸਾਲ ਮੰਜੇ ਤੇ ਪਈ ਰਹੀ ਆ ਝੋਕੇ ਵਾਂਗੂ ਫਿਰਦੀ ਆ ਬਾਈ ਹੁਣ